7 ਲੱਖ ਡਾਲਰ ਦਾ ਘਰ ਜੇ ਤੁਸੀਂ 10% ਡਾਊਨ ਪੇਮੈਂਟ ਦੇ ਖਰੀਦਦੇ ਆਂ ਤੁਹਾਡੇ ਕੋਲ ਟੋਟਲ ਕਿੰਨਾ ਪੈਸਾ ਆਨ ਹੈਂਡ ਚਾਹੀਦਾ ਤੇ ਕਿੰਨਾ ਤੁਹਾਡਾ ਟੋਟਲ ਖਰਚਾ ਆ ਜਾਂਦਾ ਜੇ ਤੁਸੀਂ 7 ਲੱਖ ਦੀ ਪ੍ਰਾਪਰਟੀ ਖਰੀਦਦੇ ਆਂ ਸੋ ਇਹ ਨੰਬਰ ਤੁਹਾਡੇ ਨਾਲ ਡਿਸਕਸ ਕਰਦੇ ਆਂ ਜੀ ਸੋ ਮੰਨ ਲਓ 7 ਲੱਖ ਦਾ ਆਪਾਂ ਘਰ ਖਰੀਦ ਰਹੇ ਆਂ ਤੇ ਉਹਦੇ ਵਿੱਚ ਜਿਹੜਾ 4200 ਡਾਲਰ ਪ੍ਰਾਪਰਟੀ ਟੈਕਸ ਹੈਗਾ ਇਸ ਘਰ ਦਾ ਤੇ ਨਾਲ ਨਾਲ ਇਹਦੀਆਂ 400 ਡਾਲਰ ਦੀਆਂ ਆਪਾਂ ਯੂਟਿਲਿਟੀਆਂ ਕਨਸਿਡਰ ਕਰਕੇ ਚੱਲ ਰਹੇ ਹਾਂ ਜਿਦੇ ਵਿੱਚ ਤੁਹਾਡਾ ਵਾਟਰ ਬਿੱਲ ਹੋ ਗਿਆ ਇਲੈਕਟ੍ਰਿਕਸਿਟੀ ਦਾ ਖਰਚਾ ਹੋ ਗਿਆ ਤੇ ਨਾਲ ਹੀ ਨਾਲ ਤੁਹਾਡਾ ਗੈਸ ਦਾ ਖਰਚਾ ਹੋ ਗਿਆ ਤੇ ਘਰ ਦੀ ਇੰਸ਼ੋਰੈਂਸ ਸੋ ਜੇ ਤੁਸੀਂ ਫਰਸਟ ਟਾਈਮ ਹੋਮ ਬਾਇਰਾਂ ਤਾਂ ਤੁਸੀਂ 350 ਡਾਲਰ ਇੱਕ ਕਰੀਬ-ਕਰੀਬ ਆਪਣਾ ਹੋਮ ਇਨਸਪੈਕਟਰ ਨੂੰ ਦਿਨੇ ਹੋ ਘਰ ਦੀ ਹੋਮ ਇਨਸਪੈਕਸ਼ਨ ਕਰਾਉਣ ਦੇ ਲਈ ਇਹ 350 ਡਾਲਰ ਤੋਂ ਲੈ ਕੇ 450 ਡਾਲਰ ਦੇ ਵਿੱਚ ਵਿੱਚ ਹੋ ਸਕਦਾ ਸੋ ਮੰਨ ਲਓ ਹੁਣ ਇਸ ਘਰ ਦੇ ਲਈ ਆਪਾਂ 10% ਡਾਊਨ ਪੇਮੈਂਟ ਕਰ ਰਹੇ ਹਾਂ ਤੇ ਨਾਲ ਹੀ ਆਪਾਂ ਨੂੰ ਜਿਹੜਾ ਰੇਟ ਆਫ ਇੰਟਰਸਟ ਮਿਲ ਰਿਹਾ ਐ ਇਸ ਡੀਲ 4.5 ਆਪਾਂ ਕਨਸੀਡਰ ਕਰਕੇ ਚੱਲ ਰਹੇ ਆ ਇਸ ਤੋਂ ਥੱਲੇ ਵੀ ਤੁਹਾਨੂੰ ਮਿਲ ਸਕਦਾ ਕੁਝ ਜਿਹੜੀਆਂ ਅੱਜ ਕੱਲ੍ਹ ਕਾਫੀ ਬੈਂਕਾਂ ਬਹੁਤ ਅਗਰੈਸਿਵ ਹੋਈਆਂ ਹੋਈਆਂ ਨੇ ਤੇ ਤੁਹਾਨੂੰ 4.2 4.3 ਵੀ ਦੇ ਰਹੀਆਂ ਨੇ 3 ਸਾਲ ਦਾ ਫਿਕਸ ਤੇ ਨਾਲ ਜੇ ਆਪਾਂ ਇਸ ਘਰ ਦੀ ਜਿਹੜੀ ਹੈ ਅਮੋਰਟਾਈਜੇਸ਼ਨ ਆਪਾਂ 25 ਸਾਲ ਮੰਨ ਕੇ ਚੱਲਦੇ ਆ ਮੰਨ ਲਓ ਆਪਣੇ ਕੋਲ 25 ਸਾਲ ਦੇ ਲਈ ਇਹ ਲੋਨ ਹੈਗਾ ਸੋ ਆਪਣੇ ਨੰਬਰ ਜੀ ਨਿਕਲ ਕੇ ਆ ਰਹੇ ਹਨ ਮੰਨ ਲਓ ਹੁਣ ਆਪਣੇ ਕੋਲ 7 ਲੱਖ ਦਾ ਘਰ ਹੈਗਾ ਇਹ ਤੇ ਆਪਾਂ 10% ਡਾਊਨ ਦੇ ਰਹੇ ਹਾਂ ਜਿਹੜੀ ਕਿ ਇਸ ਕੇਸ ਦੇ ਵਿੱਚ 10% ਬਣੇਗੀ ਉਸ ਤੋਂ ਬਾਅਦ ਆਪਣੇ ਕੋਲ ਜਿਹੜਾ ਮਾਰਗੇਜ ਹੈਗਾ ਵਾ ਉਹਦਾ ਅਮਾਉਂਟ 630000 ਰਹਿ ਜਾਂਦਾ ਹੈ ਕੋ ਜਦੋਂ ਆਪਾਂ 10% ਦੇ ਰਹੇ ਆ ਆਪਾਂ ਨੂੰ ਸੀਐਮਐਸਸੀ ਫੀਸ ਦੇਣੀ ਪਵੇਗੀ ਜਿਹੜੀ ਕੇਸ ਕੇਸ ਦੇ ਵਿੱਚ ਆਲਮੋਸਟ 19000 ਡਾਲਰ ਬਣੇਗੀ ਤੇ ਹੁਣ ਆਪਣਾ ਇਹਦਾ ਟੋਟਲ ਮੌਰਗੇਜ ਅਮਾਉਂਟ ਆ ਕਰੀਬ ਕਰੀਬ 6.5 ਲੱਖ ਡਾਲਰ ਬਣ ਜਾਂਦਾ ਸੋ ਇਸ ਕੇਸ ਦੇ ਵਿੱਚ ਆਪਾਂ ਨੂੰ ਲੈਂਡ ਟਰਾਂਸਫਰ ਟੈਕਸ ਕਰੀਬ ਕਰੀਬ 10500 ਡਾਲਰ ਦੇਣਾ ਪਵੇਗਾ ਪਰ ਐਜ਼ ਅ ਫਰਸਟ ਟਾਈਮ ਹੋਮ ਬਾਏਰ ਤੁਹਾਨੂੰ ਜਿਹੜਾ ਰੀਬੇਟ ਮਿਲਦੀ ਹੈ 4000 ਡਾਲਰ ਦੀ ਸੋ ਜਿਹੜਾ ਆਪਾਂ ਟੋਟਲ ਆਊਟ ਆਫ ਪਾਕਟ ਜਾਏਗਾ ਉਹ ਕਰੀਬ ਕਰੀਬ 6500 ਡਾਲਰ ਜਾਏਗਾ ਲਾਇਰ ਦੀ ਫੀਸ ਆਪਾਂ ਐਡ ਕਰਾਂਗੇ ਜਿਹਦੇ ਜਿਹੜੀ ਕਿ ਆਪਾਂ ਮੰਨ ਕੇ ਚੱਲ ਰਹੇ ਆ 250 ਡਾਲਰ ਪਲੱਸ ਆਪਣੀ ਜਿਹੜੀ ਹੈ ਟਾਈਟਲ ਇੰਸ਼ੋਰੈਂਸ ਸੋ ਇਸ ਕੇਸ ਦੇ ਵਿੱਚ ਆਪਣੀ ਫੀਸ ਜਿਹੜੀ ਲਾਇਰ ਦੀ ਕਰੀਬ ਕਰੀਬ 2700 ਡਾਲਰ ਬਣੇਗੀ ਇਸ ਡੀਲ ਦੇ ਵਿੱਚ ਆਪਣਾ ਟੋਟਲ ਕਲੋਜ਼ਿੰਗ ਕਾਸਟ ਕਰੀਬ ਕਰੀਬ 1111000 ਡਾਲਰ ਤੱਕ ਬਣ ਸਕਦਾ ਆ ਤੇ ਜਿਹੜਾ ਆਪਾਂ ਟੋਟਲ ਪੈਸਾ ਔਨ ਹੈਂਡ ਚਾਹੀਦਾ ਹੋਣਾ ਇਸ ਕੇਸ ਦੇ ਵਿੱਚ 80 ਹਜ਼ਾਰ ਡਾਲਰ ਤੋਂ 82 ਹਜ਼ਾਰ ਡਾਲਰ ਤੱਕ ਚਾਹੀਦਾ ਹੋਣਾ ਜਿਹੜੀ ਆਪਾਂ ਡੀਲ ਕਲੋਜ਼ ਕਰਾਉਣ ਤੱਕ ਆਪਾਂ ਨੂੰ ਪੈਸਾ ਟੋਟਲ ਹਿੰਨਾ ਹੈਂਡ ਚਾਹੀਦਾ ਆ ਸੋ ਜੇ ਆਪਾਂ ਗੱਲ ਕਰੀਏ ਮੰਥਲੀ ਮੌਰਗੇਜ ਦੀ ਇਸ ਕੇਸ ਦੇ ਵਿੱਚ ਆਪਣੀ ਮੌਰਗੇਜ ਆਪਾਂ ਕੈਲਕੂਲੇਟ ਕਰ ਰਹੇ ਆ 4.5% ਇੰਟਰਸਟ ਰੇਟ ਦੇ ਉੱਤੇ ਤੇ ਜਿਹੜੀ ਕਿ ਬਣੇਗੀ 3600 ਡਾਲਰ ਮੰਥਲੀ ਉਸ ਦੇ ਵਿੱਚ ਆਪਾਂ ਐਡ ਕਰਾਂਗੇ ਜੀ ਪ੍ਰੋਪਰਟੀ ਟੈਕਸ ਤੇ ਨਾਲ-ਨਾਲ ਐਡ ਕਰਾਂਗੇ ਆਪਾਂ ਯੂਟਿਲਿਟੀਆਂ ਇਸ ਕੇਸ ਦੇ ਵਿੱਚ ਤੁਹਾਡਾ ਟੋਟਲ ਕੈਰੀਿੰਗ ਕਾਸਟ ਕਰੀਬ-ਕਰੀਬ 4300 ਤੋਂ ਲੈ ਕੇ 4400 ਡਾਲਰ ਬਣੇਗਾ ਸੋ ਇਹ ਨੰਬਰ ਹੈਗੇ ਜੀ ਜੇ 7 ਲ 10% ਡਾਊਨ ਪੇਮੈਂਟ ਦੇ ਖਰੀਦਦੇ ਹੋ ਤੇ ਤੁਹਾਡਾ ਟੋਟਲ ਜਿਹੜਾ ਖਰਚਾ ਆ ਜਾਂਦਾ ਮਹੀਨੇ ਦਾ ਉਹ 4300 4400 ਡਾਲਰ ਦੇ ਲਾਗੇ ਛਾਗੇ ਆਉਂਦਾ ਸੋ ਜੇ ਤੁਸੀਂ ਵੀ ਫਰਸਟ ਟਾਈਮ ਹੋਮ ਬਾਏਰ ਹੋ ਤੇ ਤੁਸੀਂ ਵੀ ਕੋਈ ਘਰ ਦੇਖ ਰਹੇ ਹੋ ਆਪਣੇ ਲਈ ਤੁਹਾਡੇ ਕੋਲ ਕੋਈ ਕੁਐਸਚਨ ਹੈਗਾ ਜਾਂ ਤੁਹਾਡੇ ਕੋਲ ਕੋਈ ਕਨਸਰਨ ਹੈਗੀ ਹੈ ਤੁਸੀਂ ਰੀਚ ਆਊਟ ਕਰਨਾ ਚਾਹੁੰਦੇ ਹੋ ਮੈਨੂੰ ਤਾਂ ਤੁਸੀਂ ਮੈਨੂੰ ਕਾਲ ਜਾਂ ਟੈਕਸਟ ਕਰ ਸਕਦੇ ਆ 416 726 1515 ਤੇ